ਸਸਕਾ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਪੈਂਦਾ ਜੀ, ਤਹਿਸੀਲ ਵੀ ਮੋਗਾ। ਬਲਰਾਜ ਸਿੰਘ ਬਾਈ ਕੋਲ ਆ ਚੁੱਕੇ ਜੀ ਅੱਜ ਆਪਾਂ। ਬਾਈ ਨੇ ਵਪਾਰ ਦਾ ਕੰਮ ਕਰਦੇ ਜੀ, ਬੜੀ ਚੰਗੀ ਚੰਗੀ ਝੋਟੀ ਲੈ ਕੇ ਆਉਂਦੇ ਬਾਈ ਹੁਣੀ। ਅਤੇ ਅੱਜ ਬਾਈਆਂ ਕੋਲ ਤਿੰਨ ਪਸ਼ੂ ਸੇਲ ਆ ਜੀ, ਚੰਗੀ ਕੁਆਲਿਟੀ ਪਸ਼ੂ ਜੀ। ਅਤੇ ਹੁਣ ਵੀਰ ਨਾਲ ਗੱਲਬਾਤ ਕਰੀਏ, ਇਹਨਾਂ ਪ੍ਰਾਈਸ ਕੀ ਆ ਅਤੇ ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਕਰਨ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀਆਂ ਖਰੀਦੋ। ਵਾਰ ਵਾਰ ਵੀਰ ਜੀ ਇਹੀ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਵੱਧ ਤੋਂ ਸ਼ੇਅਰ ਕਰ ਦਿਆ ਕਰੋ, ਤਾਂ ਗਾਹ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਹੋਣੇ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਬਾਈ ਜੀ ਕਿੱਦਾਂ? ਠੀਕ ਵਧੀਆ ਜੀ। ਵਧੀਆ ਚੱਲ ਰਿਹਾ ਜੀ ਕੰਮ? ਹਾਂਜੀ ਹਾਂਜੀ, ਚਲੋ ਚਲੋ ਵਧੀਆ ਚਾਹੀਦਾ। ਵੈਸੇ ਚਲੋ ਮੰਡੀ ਮੁੰਡੇ ਤੁਸੀਂ ਘੱਟ ਹੀ ਜਾਂਦੇ ਹੈ ਨਾ ਜੀ? ਘਰ ਹੀ ਆ, ਠੀਕ ਹੈ। ਅੱਜ ਬਾਈ ਜੀ ਫਿਰ ਕਿੰਨੇ ਪਸ਼ੂ ਹੈ ਜੀ? ਤਿੰਨ ਪਸ਼ੂ। ਸੂਈ ਸੂਈ ਦਿੰਦੇ ਜੀ? ਹਾਂਜੀ, ਦੋ ਸੂਈਆਂ ਦੀਆਂ ਨੇ, ਤੀਜੀ ਆਪਣੀ ਗੱਭੜ ਨੂੰ ਮਹੀਨੇ, ਠੀਕ ਹੈ, ਨਵਾਂ ਲੱਗਾ ਵੈਸੇ। ਚਲੋ ਇਹਦੇ ਬਾਰੇ ਦੱਸੋ। ਇਹਨੂੰ ਹੋ ਗਿਆ 3 ਮਹੀਨੇ ਸੂਈ ਨੂੰ? 3 ਮਹੀਨੇ ਹੋ ਗਿਆ। ਦੁੱਧ 12 ਕਿਲੋ ਹੈ ਜੀ। ਅੱਛਾ, 3 ਮਹੀਨੇ ਹੋ ਗਏ ਸੂਈ ਨੂੰ, ਦੁੱਧ 12 ਕਿਲੋ ਇਸ ਟਾਈਮ ਤਿਆਰ ਆ। ਤੇ ਬਾਜੀ 3 ਕਿਲੋ ਗਾੜੀ ਹੈ, ਮੂਲ ਸੁਣਾ ਦਿੱਤੀ। 3 ਕਿਲੋ ਗਾੜ ਆ? ਹਾਂਜੀ। ਤੇ ਸੂਆ ਕਿੰਨਵਾ ਜੀ ਇਹ? ਪਹਿਲੋਂ ਸੀ। ਤੇ ਫਿਰ ਪਹਿਲਾਂ ਦੁੱਧ ਬੋਲ ਦਿੱਤਾ ਹੋਗੇ ਨੇ? ਚੌਦਾਂ ਦੇਈਏ ਤੇ 14 ਕਿਲੋ ਦੁੱਧ ਦੇ ਚੁੱਕੀ ਹੈ, ਦੁੱਧ ਹੁਣ ਜਿੰਨਾ ਮਰਜ਼ੀ ਚੁਗਲਾ ਤਾਂ ਫਿਰ। ਅੱਛਾ, 14 ਕਿਲੋ ਦੁੱਧ ਚੁਆਈ ਕੀਤੀ ਇਹਨੇ? ਹੁਣ ਵੀ ਚੁਆ ਸਕਦੇ ਹਾਂ। ਅੱਛਾ ਜੀ, ਦੇਖੋ ਜੀ, ਪਹਿਲਾ ਸੂਆ 14 ਕਿਲੋ ਦੁੱਧ ਬਾਈ ਨੂੰ ਕਹਿੰਦੇ, ਹੁਣ ਵੀ ਚੁਆ ਸਕਦੇ ਆ। ਵੇਖੋ ਬਹੁਤ ਚੰਗੀ ਝੋਟੀ ਆ, ਤੇ ਇੱਥੋਂ ਦੁੱਧ ਦੀਆਂ ਨਾੜਾਂ ਦੇਖੋ। ਆ ਦੇਖੋ, ਮੈਂ ਖੋਲ ਕੇ ਖਾਣਾ ਖਾ, ਖੋਲੋ ਜੀ ਬਾਈ ਜੀ। ਆ ਦੇਖੋ ਬੱਚਾ ਬਾਈ ਜੀ ਹੈਗੇ ਦਾ? ਬੱਚਾ ਮਰ ਗਿਆ ਇਹਦਾ? ਅੱਛਾ, ਆ ਦੇਖੋ ਵੱਡੀ ਝੋਟੀ ਜੀ, ਵੇਖੋ ਰਿਕਾਰਡ ਵਾਲੀ ਝੋਟੀ ਹੋਣੀ ਹੈ, ਚੱਡੇ ਦੇ ਪੂਰੇ ਨੜਵੇ ਚੱਡਾ ਐਂ ਲੈਂਦਾ ਜਿਵੇਂ ਅਜੇ ਹੁਣੀ ਸੂਈ ਹੁੰਦੀ ਆ। ਇੱਕ ਮਿੰਟ ਰੁਕਿਆ ਜੀ ਬਾਈ ਜੀ, ਇੱਥੇ ਵਿਖਾਈਏ ਢੰਗ ਨਾਲ, ਇੱਥੇ ਬੰਦ ਹੋ, ਇੱਥੇ ਬੰਦ ਹੋ। ਆ ਦੇਖੋ ਦੇਖੋ ਚੱਡੇ ਨਾੜਾ, ਦੇਖੋ ਇਹੋ ਜਿਹੇ ਮਹੀਆਂ ਦੁੱਧ ਕੱਢਦੇ, ਦੇਖੋ ਆ ਦੇਖੋ ਕੁਆਲਿਟੀ ਵਾਲੀ ਝੋਟੀ ਹੈ ਜੀ, ਆ ਦੇਖੋ ਠੀਕ ਹੈ। ਚੁਆ ਪਸਮਾ ਬਾਈ ਜੀ ਬਿਲਕੁਲ ਵਧੀਆ ਜੀ, ਵਧੀਆ ਵਧੀਆ। ਕੁੱਟੀ ਕਾ ਟੂਕਾ ਲੈਂਦੀ ਕਿ ਨਹੀਂ? ਨਹੀਂ, ਠੀਕ ਆ। ਇੱਕ ਇੱਧਰ ਦਿਖਾਉਂਦੇ ਤੁਹਾਨੂੰ, ਦਿਨ ਹੋ ਗਏ ਸੂਈ ਨੂੰ ਜੀ। ਦੁੱਧ ਕਿੰਨਾ ਜੀ? 12 ਕਿਲੋ ਪੂਰਾ ਦੁੱਧ, ਓਕੇ ਪੱਕਾ। ਸੂਆ ਜੀ ਇਹ ਦੂਜਾ ਸੂਆ ਜੀ, 12 ਕਿਲੋ ਦਾ ਪੱਕਾ ਕੰਡਿਆ ਦੀ ਝੋਟੀ ਵੀ ਬੜੀ ਸੋਹਣੀ ਹੈ। ਆਹ ਦੇਖੋ ਦੇਖੋ ਦੁੱਧ ਦੀਆਂ ਨਾੜਾਂ ਨੂੜਾਂ ਦੇ, ਵੇਖੋ ਜੀ। ਚਲੋ ਤੋਰੋ ਭਾਅ ਜੀ, ਇਹ ਵੀ ਸਿੰਘ ਸੁੰਘ ਬੜਾ ਸੋਹਣਾ ਝੋਟੀ ਆ, ਵੱਡੀ ਝੋਟੀ ਹੈ ਜੀ ਪੂਰੀ। ਆਹ ਦੇਖੋ ਕੁਆਲਿਟੀ ਵਾਲੀ ਝੋਟੀ ਆ, ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਬਾਈ, ਪਸ਼ੂ ਲੈ ਕੇ ਆਉਣਾ ਚੰਗੇ ਲੈ ਕੇ ਆਉਣੇ ਆ ਜੀ, ਸੋਹਣੇ ਸੁਨੱਖੇ ਕੁਆਲਿਟੀ ਵਾਲੇ ਲਿਆ। ਵੇਖ ਜਾ, ਦੇਖੋ ਫੁੱਟ ਫੁੱਟ ਬਾਹਰੋਂ ਨਿਕਲਦਾ ਰੇਵਾ, ਰਾਜੀ ਝੋਟੀ ਪੂਰੀ। ਉੱਥੇ ਬੰਦ ਹੋ ਬਾਈ ਜੀ ਨੂੰ ਵੀ, ਇੱਥੇ ਬੰਦ ਹੋ, ਇੱਥੇ ਬੰਦ। ਆ ਵੇਖ ਵੇਲ ਵੇਖੋ ਝੋਟੀ ਜੀ ਕਿੱਡੀ ਆ, ਦੇਖੋ ਜੀ। ਆ ਬੱਚਾ ਮਾਰ ਕਟਾ ਗਿਆ ਜੀ, ਕੱਟੀ ਵੇਖ ਪੂਰਾ ਫਾਇਦਾ। ਚਲੋ ਹਾਂਜੀ, ਇਹਦੀ ਕੀਮਤ ਫਿਰ? 85,000। ਇਹਦੀ 85,000 ਰੁਪਈਆ, ਇਹਦਾ ਫਿਰ ਕਿੰਨਾ ਕਰ ਦੋਗੇ ਮਾਨ ਤਾਂ? ਚਲੋ ਆ ਜਾਓ ਫਿਰ ਇੱਧਰ। ਇੱਕ ਆਹ ਝੋਟੀ ਆ ਗਈ, ਇਹ ਪਹਿਲਾਂ ਸੂਗਾ ਜੀ ਵੀ? ਪਹਿਲਾਂ ਜੀ ਇੱਕਦਮ ਸੁੱਟਿਆ ਨਾ। ਅੱਛਾ, ਇੱਕਦਮ ਸੁੱਟਿਆ ਹੀ ਆ, ਠੀਕ ਆ। ਫਿਰ ਇਹਨੂੰ 9 ਮਹੀਨੇ ਲੱਗ ਗਿਆ, ਆ 26 ਨੂੰ 9 ਮਹੀਨੇ ਲੱਗ ਗਿਆ, ਠੀਕ। ਇਹ ਵੀ ਝੋਟੀ ਚੰਗੇ ਘਰੋਂ ਆਈ ਕਿਦੋਂ? ਚੰਗੀ ਜੀ, ਰਿਕਾਰਡ ਦਾ ਚੰਗਾ ਹੈ। ਹਾਂਜੀ, 15 ਕਿਲੋ ਹੈਗਾ ਜੀ। ਹਾਂਜੀ, 15-16 ਕਿਲੋ ਚੁਆਰਾਂਗੇ ਨਾਲ, ਗਾੜੇ ਖੜੀ ਹੈ। ਅੱਛਾ, ਗਾੜੇ ਖੜੀ ਆ, ਇਹ ਵੀ ਖੋਲੋ ਫਿਰ। ਦੇਖੋ ਜੀ ਝੋਟੀ, ਇਹ ਵੀ ਕੁਆਲਿਟੀ, ਤਿੰਨੇ ਝੋਟੀਆਂ ਸਿਰੇ ਦੀਆਂ। ਪਹਿਲਾ ਸੂਆ ਦੰਦ ਇੱਕ ਸੁੱਟਿਆ, ਹੁਣ ਇਹਨੂੰ ਖੀਰੀ ਮੰਨੀ ਹੈ ਕਿ ਦੋ ਦੰਦ ਮੰਨੀ ਬਾਈ ਜੀ ਫਿਰ? ਆ ਵੇਖ ਵੇਖ ਝੋਟੀ ਸੋਹਣੀ ਵੇਖ, ਤੇ ਆ ਵੇਖ ਚੱਲ ਝੋਲ ਚੰਗੀ ਆ, ਚੰਗਾ ਥੱਲੋਂ ਖਿਲਰਨਾ ਪੂਰਾ। ਆ ਦੇਖੋ ਜੀ, ਲੈ ਲਿਆ ਬਾਈ ਜੀ, ਲਿਆਓ ਵੱਡੀ ਝੋਟੀ, ਵੇਖੋ ਜੀ ਤਿੰਨੇ ਝੋਟੀਆਂ ਕੋਲ ਲੈ ਜੂਗੇ, ਯਾਦ ਕਰੂਗਾ ਜੀ। ਆ ਜਾਓ, ਆ ਦੇਖ ਲੈ ਲੈ ਚਲੋ, ਇੱਥੇ ਬੰਦ ਹੋ, ਇੱਥੇ ਬੰਦ ਹੋ। ਇੱਕ ਥਾਂ ਤੁਹਾਨੂੰ ਫਿਰ ਵਿਖਾ ਦਈਏ, ਮੈਂ ਨਾ ਬਾਈ ਨੇ ਨਵਾਈਆਂ ਨੇ ਹੋਈਆਂ ਹਜੇ। ਇਹਦਾ ਟੀਕੇ ਟਾਕੇ ਦਾ ਵੀ ਕਾਰਡ ਮੰਗ ਜਾਣਾ। ਅੱਛਾ, ਜਿਹੜਾ ਲੱਗਾ ਟੀਕਾ ਹੈ ਜੀ? ਟੀਕੇ ਨਹੀਂ ਹੈਗੀ, ਠੀਕ ਆ। ਹਾਂਜੀ, ਇਹਦੀ ਕੀਮਤ? ਇਹਦਾ 65,000 ਰੁਪਈਆ, ਜੋ ਕੋਈ ਤਿੰਨੇ ਕੋਤਾ ਮਾਰ ਕੇ ਲੈ ਜੇ ਪੂਰਾ ਮਾਨ ਤਨ ਕਰ ਦਿਆਂਗੇ, ਫੁੱਲ ਕਰ ਦੋਗੇ? ਨਹੀਂ, ਫੁੱਲ ਬਾਹਲਾ ਨਹੀਂ, ਆਪਦੀ ਬਹੁਤ ਮਹਿੰਗੀ ਚੱਕੀ ਰਿਕਾਰਡ ਇਹਦੇ ਨਾਲ ਚੱਕੀ ਵੀ ਹੈ। ਅੱਛਾ, ਕੀ ਬਾਹਲਾ, ਕੋਈ ਬਾਹਲਾ ਨਹੀਂ। ਚਲੋ ਬਸ, ਤਿੰਨੇ ਪਸ਼ੂ ਹੋ ਜੀ? ਹਾਂਜੀ, ਦੇਖੋ ਜੀ ਤਿੰਨੇ ਪਸ਼ੂ ਬਾਈਆਂ ਕੋਲ ਜੀ,
ਤੇ ਆਹ ਝੋਟੀ ਤੁਹਾਨੂੰ ਇੱਕ ਵਾਰੀ ਫਿਰ ਵਿਖਾਉਣੇ, ਇਹਨੂੰ ਖੋਲੋ ਬਾਈ ਇੱਕ ਵਾਰੀ ਫਿਰ, ਤੇ ਆਹ ਵੇਖ, ਆਹ ਦੇਖੋ ਚਿੱਟੇ ਨਾਰਾ ਦੇਖੋ ਜੀ, ਦਿੱਤਾ ਵੀ ਹੋਊਗਾ ਬਾਈ ਜੀ ਨੇ ਦੁੱਧ, ਮੈਂ ਬੜੀ ਝੋਟੀ ਬੜੀ ਚੰਗੀ, ਖੋਲੋ ਖੋਲੋ, ਇਹ ਦੰਦਾਂ ਵੀ ਜੀ ਜੀ, ਇਹ ਦੋ ਜਾਂ ਚਾਰ ਦੰਦ ਚੈੱਕ ਕਰਾ ਦੂ ਦੰਦ, ਅੱਛਾ ਚੈੱਕ ਕਰਾ ਦੂ ਦੰਦ ਜੀ, ਇਹ ਮਾੜਾ ਕਰਾਈਏ ਫਿਰ ਕਰੀਏ ਜੀ, ਫੜੋ ਵੀਰ ਜੀ ਮਾੜਾ ਜਾ ਚੈੱਕ ਕਰੀ ਜਾ, ਵੇਖੋ ਵੇਖੋ ਬਾਈ ਕਹਿੰਦਾ 14 ਕਿਲੋ ਦੁੱਧ ਚਵਾ ਦਾਂਗੇ ਅੰਦਰ, ਤੋ ਕੁੜਦਾ ਜੀ ਚਾਰ ਦਿਨ ਦਾ ਮੈਂ ਤੁਹਾਨੂੰ, ਬਸ ਠੀਕ ਹੈ ਚਾਰ ਹੀ ਹੈ ਜੀ, ਹਾਂ ਚਾਰ ਹੀ ਹੈ, ਚਲੋ ਦੇਖੋ ਜੀ ਆਹ ਪਸ਼ੂ ਬਾਈਆਂ ਕੋਲ ਜੀ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਏ ਮੇਰੇ ਵੀਰ, ਠੀਕ ਹੈ ਨਾ, ਕੁਆਲਿਟੀ ਪਸ਼ੂ ਹੈ ਤੇ ਨਹੀਂ, ਆਹ ਪੂਰੀ ਤਸੱਲੀ ਲੈ ਕੇ ਨਹੀਂ ਬਾਈ ਜੀ, ਚਲੋ ਕਿਹਦੀ ਕੱਟੀ ਜੀ, ਅੱਛਾ ਇਹ ਵੀ ਵੇਚੀ ਆ, ਇਹਦੀ ਕਿਹਨੇ ਕਿੰਨੇ ਦੇਣੀ ਆ, 8000 ਦੇ, ਇਹ ਬੂਰੀ ਮੱਝ ਦੀ ਜੀ, ਠੀਕ ਆ ਚਲੋ ਠੀਕ ਆ ਬਾਈ, ਚਲੋ ਨੰਬਰ ਬੋਲੋ ਬਾਈ ਜੀ ਫਿਰ ਆਪਣਾ, ਨੰਬਰ 88-76 ਜੀ, ਹਾਂਜੀ 3131, ਪਿੰਡ ਤੋਸਾ ਕੋਟਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ, ਸਤਿ ਸ਼੍ਰੀ ਅਕਾਲ।